ਇੱਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ ਅਚਤ ਰਾਜ ਵਿਛਰਤ ਦੁੱਖ ਪ੍ਰਾਪਤ ਸੋ ਗਤ ਪਈ ਹੈ ਮਾਰ। ਨਰਪਤ ਕਹਿੰਦੇ ਆ ਰਾਜੇ ਨੂੰ ਆਪਣੇ ਆਸਣ ਤੇ ਸੁੱਤਾ ਹੋਇਆ ਅਚਤ ਰਾਜ ਵਿਛਰਤ ਦੁੱਖ ਪਾਇਆ। ਅਚਤ ਰਾਜ ਹੁੰਦਿਆਂ ਹੋਇਆਂ ਵੀ ਸੁਪਨੇ ਦੇ ਵਿੱਚ ਬੜਾ ਭਾਰਾ ਦੁੱਖ ਕਸ਼ਟ ਚੱਲਿਆ ਸੋ ਗਤ ਪਈ ਹੈ ਮਾਰ। ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹੀ ਪਾਈ ਸਾਡੀ ਦਿਸ਼ਾ। ਇਹ ਮਨੁੱਖ ਉਸ ਸ਼ਹਿਨਸ਼ਾਹ ਪਰਮਾਤਮਾ ਦਾ ਅੰਸ਼ ਹੋਣ ਕਰਕੇ ਇਹ ਵੀ ਸ਼ਹਿਨਸ਼ਾਹ, ਇਹ ਵੀ ਰਾਜਾ, ਲੇਕਿਨ ਜਿਸ ਤਰ੍ਹਾਂ ਉਸ ਸੁਪਨੇ ਦੇ ਵਿੱਚ ਆਪਣਾ ਰਸਤਾ ਭਟਕ ਗਿਆ, ਇਸੇ ਤਰ੍ਹਾਂ ਮਨੁੱਖਾ ਜਨਮ ਲੈ ਕੇ ਇਹ ਜੀਵ ਵੀ ਆਪਣਾ ਰਸਤਾ ਭਟਕ ਗਿਆ। ਜਿਹੜੇ ਫਰਜ਼ ਸੀ ਉਹਨਾਂ ਦੇ ਵਿੱਚ ਖਚਿਤ ਹੋ ਗਿਆ, ਨਤੀਜਾ ਇਹ ਨਿਕਲ ਗਿਆ ਕਿ ਪਰਮੇਸ਼ਰ ਭੁੱਲ ਗਿਆ। ਆਪਣੇ ਕਹੋ ਇੱਕ ਕੋ ਆਇਆ ਜਨਮਤ ਲਾਗੇ ਮੋਹਣੀ ਮਾਇਆ। ਇਸ ਸੰਸਾਰ ਦੇ ਵਿੱਚ ਆਉਣ ਦਾ ਤਾਂ ਇਹਦਾ ਇੱਕੋ ਪ੍ਰਯੋਜਨ ਹੈ, ਕਵਨ ਕਾਜ ਸਿਰਜੇ ਜਗ ਭੀਤਰ ਜਨਮ ਕਵਨ ਫਲ ਪਾਇਆ। ਭਾਵ ਨਿਧ ਤਰਨ ਤਾਰਨ ਚਿੰਤਾ ਮਨ ਇੱਕ ਨਿਮਖ ਨਾ ਇਹ ਮਨ ਲਾਇਆ। ਆਉਣ ਦਾ ਪ੍ਰਯੋਜਨ ਤਾਂ ਕਿ ਭਗਤੀ ਕਰਦਾ, ਆਪਣੇ ਫਰਜ਼ ਪੂਰੇ ਕਰਦਾ ਹੋਇਆ ਪਰਮੇਸ਼ਰ ਨੂੰ ਯਾਦ ਰੱਖਦਾ, ਲੇਕਿਨ ਭੁੱਲ ਕੇ ਫਿਰ ਦੁੱਖ ਪਾਉਂਦਾ। ਹਰ ਵਿਸਰਤ ਸਦਾ ਖੁਆਰੀ, ਖੁਆਰ ਹੋਇਆ ਮਨੁੱਖ ਭਾਵ ਦੁਖੀ ਹੋਇਆ ਮਨੁੱਖ ਤੁਰਿਆ ਫਿਰਦਾ। ਇਸ ਵਾਸਤੇ ਇਹ ਭਰਮ ਪੈਦਾ ਹੋ ਜਾਂਦਾ ਇਸ ਨੂੰ। ਕਈਆਂ ਨੂੰ ਤਾਂ ਇਹ ਹੋ ਜਾਂਦਾ ਕਿ ਪਰਮੇਸ਼ਵਰ ਨਾਂ ਦੀ ਕੋਈ ਚੀਜ਼ ਹੀ ਨਹੀਂ। ਬਹੁਤ ਲੋਕੀ ਸੋਚਦੇ ਆ ਵੀ ਦੱਸੋ ਭਾਰਤ ਵਰਸ਼ ਦੇ ਅੰਦਰ ਇਤਨੇ ਸਤਸੰਗ, ਇਤਨੇ ਸੰਤ ਜਾਨ, ਇਤਨੇ ਮੁਨੀ ਰਿਸ਼ੀ ਗੁਰੂ ਪੀਰ ਔਲੀਏ ਹੋਏ, ਇਹ ਸਾਰਾ ਰੱਬ ਨੇ ਠੇਕਾ ਭਾਰਤ ਵਿੱਚ ਹੀ ਲਿਆ ਹੋਇਆ। ਕੋਈ ਕਨੇਡਾ, ਅਮੈਰੀਕਾ, ਫਰਾਂਸ, ਇਟਲੀ, ਹੋਰ ਆਸਟ੍ਰੇਲੀਆ, ਨਿਊਜ਼ੀਲੈਂਡ ਵਗੈਰਾ ਅਨੇਕਾਂ ਮੁਲਕਾਂ ਦੇ ਵਿੱਚ ਜਾ ਕੇ ਦੇਖੋ, ਕਹਿੰਦੇ ਲੋਕ ਇੰਨੇ ਸੁਖੀ ਨੇ। ਇੱਥੇ ਸਭ ਕੁਝ ਹੁੰਦੇ ਹੋਏ ਵੀ ਲੋਕ ਦੁਖੀ ਨੇ, ਇਹਦਾ ਮਤਲਬ ਇਹ ਆ ਵੀ ਇਹ ਜਿਹੜੇ ਪਰਮੇਸ਼ਰ ਦੀਆਂ ਗੱਲਾਂ ਇਹ ਖਾਲੀ ਢੰਗੋ ਚ ਹੀ ਆ, ਹੋਰ ਕੁਝ ਨਹੀਂ ਹੈ। ਇੱਥੋਂ ਤੱਕ ਕਈ ਤਾਂ ਵਿਸਰ ਜਾਂਦੇ ਆ। ਫਿਰ ਦੂਸਰੇ ਦਰਜੇ ਦੇ ਉਹ ਹੁੰਦੇ ਆ, ਇਹ ਤਾਂ ਪਾਮਰ ਬਿਰਤੀ ਵਾਲੇ ਲੋਕ ਨੇ। ਦੂਸਰੇ ਦਰਜੇ ਦੇ ਹੁੰਦੇ ਆ ਵੀ ਚਲੋ ਪਰਮਾਤਮਾ ਹੋਊਗਾ ਪਰ ਸਾਡਾ ਕੀ ਲੈਣਾ ਦੇਣਾ ਉਹਦੇ ਨਾਲ। ਫਿਰ ਉਹ ਬੜਾ ਵੱਡਾ ਗਿਆਨ ਸੁਣਾ ਦਿੰਦੇ ਆ, ਜਿਹਦੇ ਕਰਮ ਚ ਲਿਖਿਆ ਭਾਈ ਉਹਨੇ ਲੈ ਲੈਣਾ, ਸਾਡੇ ਨਹੀਂ ਹੈ ਅਸੀਂ ਤਾਂ ਨਹੀਂ ਲੈਂਦੇ। ਉਹ ਵੀ ਆਪਣਾ ਛੁਟਕਾਰਾ ਕਰ ਲੈਂਦੇ ਆ। ਤੇ ਜਿਹੜੇ ਲੋਕ ਮੱਧਮ ਅਭਿਆਸੀ ਨੇ, ਜਗਿਆਸੂ ਨੇ, ਉਹ ਇਹ ਚੱਕਰਾਂ ਚ ਨਹੀਂ ਪੈਂਦੇ ਵੀ ਮੇਰੇ ਕਰਮ ਚ ਹੈ ਜਾਂ ਨਹੀਂ ਹੈ। ਇਹਨਾਂ ਗੱਲਾਂ ਤੇ ਕੋਈ ਮਤਲਬ ਨਹੀਂ ਹੁੰਦਾ ਉਹਨਾਂ ਨੂੰ। ਉਹ ਤਾਂ ਕੇਵਲ ਪਰਮਾਤਮਾ ਦੇ ਉੱਤੇ ਭਰੋਸਾ ਕਰਕੇ, ਵਿਸ਼ਵਾਸ ਕਰਕੇ ਬੇਨਤੀ ਕਰਦੇ ਆ ਕਿ ਮਹਾਰਾਜ ਆਪ ਕਿਰਪਾ ਕਰੋ, ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ੋ। ਨਾ ਉਹਨਾਂ ਦੇ ਮਨ ਵਿੱਚ ਆਉਂਦਾ ਵੀ ਮੇਰੇ ਕੋਈ ਵੱਡੇ ਕਰਮ ਨੇ, ਜਿਹੜੇ ਮੈਂ ਗੱਲ ਕਹਿਣਾ
ਨਾ ਉਹਨਾਂ ਨੂੰ ਇਹ ਆਉਂਦਾ ਵੀ ਅਜੇ ਤੱਕ ਮੇਰਾ ਕੁਝ ਬਣਿਆ ਨਹੀਂ, ਮੇਰੇ ਕਰਮ ਮਾੜੇ ਨੇ। ਇਹ ਚੰਗੇ ਮਾੜੇ ਵਾਲੇ ਜਿਹੜੇ ਗਿਣਤੀ ਮਿਣਤੀ ਹੈ ਇਸ ਨੂੰ ਛੱਡ ਦਿੰਦੇ ਨੇ। ਬਸ ਉਹ ਬੇਨਤੀਆਂ ਹੀ ਕਰਦੇ ਆ ਮਹਾਰਾਜ ਨੂੰ, ਤੇ ਗੁਰੂ ਧਾਰਨ ਕਰਕੇ ਜਿਹੜਾ ਸ਼ਬਦ ਮਿਲਦਾ ਉਸਦਾ ਕਰਦੇ ਆ ਅਭਿਆਸ। ਇਹ ਫਾਲਤੂ ਗੱਲਾਂ ਬਾਤਾਂ ਹੀ ਨੇ ਸਾਧ ਸੰਗਤ, ਜਿਨ੍ਹਾਂ ਚੋਂ ਮਨੁੱਖ ਨੂੰ ਰਸ ਆਉਂਦਾ। ਤਾਂ ਰਵਿਦਾਸ ਜੀ ਮਹਾਰਾਜ ਇਹ ਭਰਮ ਤੋਂ ਇਨਸਾਨ ਨੂੰ ਕੱਢਦੇ ਆ। ਅਸ਼ਤ ਰਾਜ ਵਿਚਰਤ ਦੁੱਖ ਪਾਇਆ, ਸੋ ਗਤ ਪਈ ਹਮਾਰੀ। ਫਿਰ ਦੂਸਰੀ ਉਦਾਹਰਣ ਦਿੰਦੇ ਨੇ, ਰਾਜ ਪ੍ਰਸੰਗ ਜੈਸੇ ਹੈ ਆਪ ਕਛ ਮਰਮ ਜਨਾਇਆ, ਰਾਜ ਰੱਜੂ ਰੱਸੀ ਪ੍ਰਸੰਗ ਦੀ ਚਰਚਾ। ਫਿਰ ਰੱਸੀ ਦੀ ਚਰਚਾ ਕਰਦੇ ਆ ਜਿਵੇਂ ਕੋਈ ਰੱਸੀ ਅੰਧੇਰੇ ਦੇ ਵਿੱਚ ਪਈ ਹੋਵੇ, ਦੇਖਣ ਵਾਲੇ ਨੂੰ ਪ੍ਰਤੀਤ ਹੁੰਦਾ ਕਿ ਇਹ ਤਾਂ ਸੱਪ ਪਿਆ ਲੱਗਦਾ। ਉਹਨੂੰ ਭਰਮ ਪੈਦਾ ਹੋ ਜਾਂਦਾ ਉਸਨੂੰ ਦੇਖ ਕੇ ਵੀ ਇਹ ਤਾਂ ਸੱਪ ਲੱਗਦਾ, ਪਰ ਜਦੋਂ ਚਾਨਣ ਹੁੰਦਾ ਰੋਸ਼ਨੀ ਹੁੰਦੀ ਫਿਰ ਉਸਨੂੰ ਦਿਖਦਾ ਵੀ ਨਹੀਂ ਨਹੀਂ ਇਹ ਤਾਂ ਖਾਲੀ ਰੱਸੀ ਹੋਈ ਆ। ਇਸੇ ਤਰ੍ਹਾਂ ਦੇ ਨਾਲ ਗਿਆਨ ਰੂਪੀ ਅੰਧੇਰੇ ਦੇ ਵਿੱਚ ਜਗਿਆਸੂ ਨੂੰ ਇਹ ਮਾਇਆ ਹੀ ਸਭ ਸੁੱਖਾਂ ਦਾ ਪ੍ਰਤੀਤ ਹੁੰਦੀ ਹੈ, ਪਰ ਜਦੋਂ ਗਿਆਨ ਹੁੰਦਾ ਫਿਰ ਪਤਾ ਲੱਗਦਾ। ਤੈਸੇ ਇਹ ਸੁੱਖ ਮਾਇਆ ਕੇ ਉਰਜੋ ਕਹਾ ਗਵਾਰ, ਬਾਹਰੋਂ ਭੀਤ ਬਣਾਈ ਰਚ ਪਚ ਰਹਿਣ ਨਹੀਂ ਦਿਨ ਚਾਰ, ਤੈਸੇ ਹੀ ਇਹ ਸੁੱਖ ਮਾਇਆ ਕੇ ਉਰਜੋ ਕਹਾ ਗਵਾਰ, ਅਜਹੂ ਕਛ ਵਿਗਰਿਓ ਨਾਹਿਨ ਭਜਦੇ ਰਾਮ ਮੁਰਾਰ। ਤਾਂ ਗੁਰੂ ਮਹਾਰਾਜ ਕਹਿੰਦੇ ਅਜੇ ਵੀ ਕੁਝ ਨਹੀਂ ਵਿਗੜਿਆ, ਅਜਹੂ ਕਛ ਵਿਗਰਿਓ ਨਹੀਂ ਜੋ ਹਰ ਗੁਣ ਗਾਵੈ, ਕਹੋ ਨਾਨਕ ਤੇ ਭਜਨ ਤੇ ਨਿਰਪੈ ਫਲ ਪਾਵੈ। ਇਸ ਵਾਸਤੇ ਸਾਧ ਸੰਗਤ ਜਿਹੜੇ ਭਗਤ ਹੁੰਦੇ ਆ ਉਹ ਭਗਤੀ ਕਰਦੇ ਕਰਦੇ ਭਗਤ ਦੇ ਦਰਅਸਲ ਅਰਥ ਤਾਂ ਇਹੀ ਨੇ, ਭਾ ਦਾ ਅਰਥ ਹੁੰਦਾ ਭਗਤੀ, ਗ ਦਾ ਅਰਥ ਹੁੰਦਾ ਗਿਆਨ, ਤਾ ਦਾ ਅਰਥ ਹੁੰਦਾ ਤਿਆਗ। ਇਹ ਤਿੰਨਾਂ ਸ਼ਬਦਾਂ ਤੋਂ ਇਕੱਠੇ ਹੋ ਕੇ ਭਗਤ ਬਣਦਾ। ਜਿਹੜਾ ਭਗਤੀ ਕਰਦਾ ਕਰਦਾ ਗਿਆਨ ਹਾਸਲ ਕਰਕੇ ਇਹ ਸੰਸਾਰ ਦੇ ਰਸ ਦਾ ਪਦਾਰਥਾਂ ਦਾ ਤਿਆਗ ਕਰ ਦਿੰਦਾ ਆਪਣੇ ਮਨੋਂ, ਹਾਂ ਆਪਣੇ ਜੀਵਨ ਦੇ ਨਿਰਵਾਹ ਕਾਲ ਵਾਸਤੇ ਸੰਸਾਰ ਵਾਸਤੇ ਉਸਦੀ ਵਰਤੋਂ ਕਰਦਾ, ਲੇਕਿਨ ਉਸਦੇ ਮਨੋਂ ਉਸਦਾ ਤਿਆਗ ਹੋਇਆ ਹੁੰਦਾ, ਉਸਨੂੰ ਭਗਤ ਕਹਿੰਦੇ ਆ। ਇਹ ਤਿੰਨੇ ਗੁਣ ਭਗਤ ਜਨ ਭਗਤੀ ਦੇ ਕੇ ਪਰਮੇਸ਼ਰ ਦੀ ਹਰ ਜਗਿਆਸਨ ਨੂੰ ਸੌਂਪਦੇ ਆ। ਜਿਹੜੇ ਸ਼ਰਧਾਵਾਨ ਨੇ ਸ਼ਰਧਾਵਾਨ ਲੱਭਿਆ ਤੇ ਗਿਆਨ, ਗਿਆਨ ਵੀ ਉਹਨੂੰ ਮਿਲਦਾ ਪ੍ਰਾਪਤ ਹੁੰਦਾ ਜਿਹੜੇ ਸ਼ਰਧਾ ਰੱਖਦੇ ਆ। ਜਿਹੜੇ ਅਸ਼ਰਧਕ ਹੋਣ ਜਾਂ ਜਿਹਦਾ ਟੁੱਟਿਆ ਫੁੱਟਿਆ ਵਿਸ਼ਵਾਸ ਹੋਵੇ ਉਹਨੂੰ ਗਿਆਨ ਨਹੀਂ ਮਿਲਦਾ। ਆਪਕਾ ਚ ਮਰਮ ਜਨਾਇਆ, ਜਦੋਂ ਪਤਾ ਲੱਗ ਗਿਆ ਮਰਮ ਦਾ ਭੇਤ, ਫਿਰ ਭੇਤ ਆ ਗਿਆ ਵੀ ਨਹੀਂ ਨਹੀਂ ਇਹ ਤਾਂ ਰੱਸੀ ਹੋਈ ਸੀ, ਐਵੇਂ ਡਰੇਗਾ ਸਾਰੀ ਰਾਤ। ਤੀਸਰੀ ਉਦਾਹਰਣ ਦਿੰਦੇ ਨੇ, ਕਣਕ ਕਟਕ ਸੋਨੇ ਦੇ ਕੜੇ ਆਦਿ, ਉਹ ਗਹਿਣਿਆਂ ਦੇ ਰੂਪ ਵਿੱਚ ਦੇਖਿਆ ਜਾਂਦਾ, ਪਰ ਜੇ ਉਸਨੂੰ ਢਾਲ ਲਵੇ ਤਾਂ ਕੇਵਲ ਉਹ ਸੋਨਾ ਹੀ ਹੁੰਦਾ, ਗਹਿਣੇ ਤਾਂ ਉਸਦੇ ਨਾਮ ਹੀ ਨਹੀਂ। ਇਸੇ ਕਰਕੇ ਭਗਤ ਲੋਕ ਭਗਤੀ ਦਾ ਹੀ ਉਪਦੇਸ਼ ਕਰਦੇ ਆ, ਜਿਹੜਾ ਸਭ ਤੋਂ ਵੱਡਾ ਦਾਨ ਆ। ਲੋੜਵੰਦ ਦੀ ਸੇਵਾ ਕਰਨੀ ਇਸਨੂੰ ਵੀ ਦਾਨ ਮੰਨਿਆ ਗਿਆ। ਜਥਾ ਜਗਤ ਜਿਸ ਤਰ੍ਹਾਂ ਕਿ ਸਮਰੱਥਾ ਦਿੰਦਾ ਪਰਮੇਸ਼ਰ, ਉਸਦੇ ਵਿੱਚੋਂ ਲੋੜਵੰਦ ਦੀ ਸਹਾਇਤਾ ਕਰਨੀ, ਅੰਨਦਾਨ ਦੇਣਾ, ਵਸਤਰ ਆਦਿਕ ਦੇਣੇ ਜਾਂ ਹੋਰ ਜ਼ਰੂਰਤ ਦੇ ਅਨੁਸਾਰ ਉਸਦੀ ਸਹਾਇਤਾ ਕਰਨੀ, ਉਹ ਵੀ ਦਾਨ ਹੈ।
ਸਤਿਪੁਰਸ਼ ਹਮੇਸ਼ਾ ਇਸ ਤਰ੍ਹਾਂ ਕਰਦੇ ਹੀ ਨੇ, ਆਪਣੇ ਕੋਲੇ ਕੁਝ ਨਹੀਂ ਰੱਖਦੇ, ਜੋ ਵੀ ਉਹਨਾਂ ਕੋਲੇ ਆ ਜਾਵੇ ਉਸ ਦੇ ਭਲੇ ਵਾਸਤੇ ਸੰਸਾਰ ਦੇ ਵਰਤਦੇ ਆ। ਪਰ ਸਭ ਤੋਂ ਵੱਡਾ ਦਾਨ ਆ ਭਗਤੀ ਦਾ। ਜੇ ਕਿਸੇ ਨੂੰ ਭਗਤੀ ਚ ਲਾ ਦਿੱਤਾ, ਉਹਦੀਆਂ ਜ਼ਰੂਰਤਾਂ ਉਹਦੀਆਂ ਖਾਹਿਸ਼ਾਂ ਤੇ ਸਾਰੀਆਂ ਖਤਮ ਹੋ ਜਾਂਦੀਆਂ। ਚਾਹ ਗਈ ਚਿੰਤਾ, ਚਿੰਤਾ ਮਿਟੀ ਮਨੁਆ ਬੇਪਰਵਾਹ। ਜਿਸ ਨੂੰ ਕੁਛ ਨਾ ਚਾਹੀਏ ਸੋਈ ਸਹਿਨਸਾ। ਉਹ ਫਿਰ ਭਗਤਾਂ ਵਾਂਗੂ ਰਾਜਾ ਬਣ ਜਾਂਦਾ, ਕਿਉਂਕਿ ਉਹਦੇ ਮਨ ਦੇ ਅੰਦਰ ਅਭਿਆਸ ਦੇ ਜ਼ਰੀਏ ਨਾਮ ਦਾ ਪ੍ਰਗਟ ਹੋਣਾ ਹੋਇਆ ਕਰਦਾ ਤੇ ਉਸੇ ਨੂੰ ਸਹਿਨਸ਼ਾਹ ਮੰਨਿਆ, ਰਾਜਾ ਮੰਨਿਆ ਗੁਰਬਾਣੀ ਦੇ ਅੰਦਰ। ਪਿਆਰੇ ਜੀ ਰਾਜਾ ਸਾਰੀ ਦੁਨੀਆ ਪਿਆਰੇ ਜੀ ਰਾਜਾ ਸਾਰੀ ਦੁਨੀਆ ਸਤਿ ਸ਼੍ਰੀ ਅਕਾਲ।
ਜਾਤ ਨਾ ਪਤ ਨਾ ਆਦਰੋ ਧਿਆਨ ਕਰਮੀਨਾ ਮਿੱਤਰ ਨਾ ਇਟ ਧਨ ਰੂਪਹੀਨ ਕਿਛ ਸਾਖ ਨਾ ਛਿੰਨਾ ਰਾਗ ਰਾਜਾ ਸਕਦੀ ਸਿਸ਼ਟ ਕਾ ਹਰ ਨਾਮ ਮਨ ਫਿਰਨਾ ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੁ ਪ੍ਰਸੰਨਾ ਇਸ ਕਰਕੇ ਸਾਧ ਸੰਤ ਉਸਨੂੰ ਰਾਜਾ ਕਥਨ ਕੀਤਾ ਕਿਉਂਕਿ ਉਹ ਆਪਣੇ ਰਾਜੇ ਪਿਤਾ ਦੇ ਦੱਸੇ ਅਨੁਸਾਰ ਆਪਣਾ ਆਪ ਜਾਣਦਾ ਆਪਣਾ ਆਪ ਖੁਦ ਲੈਂਦਾ ਇਹ ਸਾਰੇ ਉਪਦੇਸ਼ ਹੀ ਅਕਾਲ ਪੁਰਖ ਵਾਹਿਗੁਰੂ ਜਦੋਂ ਜਦੋਂ ਵੀ ਪ੍ਰਗਟ ਹੋਏ ਇਹੀ ਉਪਦੇਸ਼ ਸੰਸਾਰ ਦੇ ਵਿਅਕਤੀਆਂ ਵਾਸਤੇ ਕੀਤੇ ਗੁਰੂ ਸਾਹਿਬਾਨ ਦੇ ਰੂਪ ਦੇ ਵਿੱਚ ਗੁਰਸਿੱਖ ਨੂੰ ਇਹੀ ਉਪਦੇਸ਼ ਦ੍ਰਿੜ ਕਰਵਾਇਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਕਿ ਆਪਣੇ ਮੂਲ ਨੂੰ ਆਪਣੇ ਆਪ ਨੂੰ ਪਹਿਚਾਣ ਕਰ ਜਿਸ ਦੇ ਨਾਲ ਇਹ ਤੇਰਾ ਜੀਵਨ ਧੰਨ ਹੋ ਜਾਵੇ ਜੀਵਨ ਦਾ ਜਿਹੜਾ ਸਮਾਂ ਉਹ ਸਫਲ ਹੋ ਜਾਵੇ ਔਰ ਅਜਿਹੇ ਘਰ ਦੇ ਵਿੱਚ ਤੇਰਾ ਵਾਸ ਹੋਵੇ ਜਿੱਥੇ ਕਿਸੇ ਦੇ ਦੁੱਖ ਦੀ ਨਾਮੋ ਨਿਸ਼ਾਨ ਵੀ ਨਾ ਹੋਵੇ ਉਸਨੂੰ ਕਹਿੰਦੇ ਆ ਬੇਗਮਪੁਰਾ ਸਹਿਰ ਕੋ ਨਾਓ ਦੁੱਖ ਅੰਦੋ ਨਹੀਂ ਤਿਹ ਠਾਓ ਠਾਓ ਕਹਿੰਦੇ ਆ ਜਗ੍ਹਾ ਨੂੰ ਦੁੱਖ ਦਾ ਪਰਛਾਵਾਂ ਵੀ ਜਿੱਥੇ ਨਹੀਂ ਹੈ ਨਾ ਤਸਵੀਰ ਖਰਾਜ ਨਾ ਮਾਲ ਨਾ ਕੋਈ ਕਿਸੇ ਚੀਜ਼ ਦੀ ਕਮੀਆਂ ਨਾ ਘਾਟਾ ਖੌਫ ਨਾ ਖਤਾ ਨਾ ਕੋਈ ਡਰ ਨਾ ਕੋਈ ਗਲਤੀ ਹੋਣ ਦਾ ਖਤਾ ਕਹਿੰਦੇ ਆ ਗਲਤੀ ਨੂੰ ਨਾ ਕੋਈ ਗਲਤੀ ਹੋਣ ਦਾ ਉੱਥੇ ਡਰ ਨਾ ਤਰਸ ਜਵਾਲ ਕਿਸੇ ਵੀ ਕੀਮਤ ਦੇ ਵਿੱਚ ਘਾਟਾ ਨਹੀਂ ਹੁੰਦਾ ਉੱਥੇ ਵਾਧਾ ਹੀ ਵਾਧਾ ਪਵ ਮੋਹੇ ਖੂਬ ਵਤਨ ਗਹਿ ਪਾਈ
ਹੁਣ ਕਹਿੰਦੇ ਅਸੀਂ ਉਸ ਜਗ੍ਹਾ ਤੇ ਉਸ ਸ਼ਹਿਰ ਦੇ ਉਸ ਦੇਸ਼ ਦੇ ਵਤਨ ਉਸ ਦੇਸ਼ ਦੇ ਵਿੱਚ ਆਪਣਾ ਆਸਣ ਜਮਾ ਲਿਆ, ਉੱਥੇ ਪਹੁੰਚ ਗਏ। ਊਹਾਂ ਖੈਰ ਸਦਾ ਮੇਰੇ ਭਾਈ, ਖੈਰ ਖੁਸ਼ੀ ਸੁੱਖ ਉੱਥੇ ਸਦਾ ਹੀ ਸੁੱਖ ਵਰਤਦਾ, ਕਾਇਮ ਦਾਇਮ ਸਦਾ ਪਾਤਸ਼ਾਹੀ। ਜਿਨ੍ਹਾਂ ਦੇ ਆਪਾਂ ਵਚਨ ਕਰਦੇ ਹਾਂ ਕਿ ਰਾਜੇ ਮਹਾਰਾਜੇ ਸਹਿਨਸ਼ਾਹ ਹੋ ਜਾਂਦੇ ਆ, ਪਾਤਸ਼ਾਹ ਬਣ ਜਾਂਦੇ ਆ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਉਹ ਪਾਤਸ਼ਾਹ ਬਣ ਕੇ ਉਹਨਾਂ ਦੀ ਜਿਹੜੀ ਪਾਤਸ਼ਾਹੀ ਆ ਉਹ ਸਦਾ ਵਾਸਤੇ ਕਾਇਮ ਰਹਿੰਦੀ ਹੈ। ਦੋਮ ਨਾ ਸੇਮ ਏਕ ਸੁਆਹੀ, ਨਾ ਉੱਥੇ ਕੋਈ ਦੂਸਰਾ ਹੁੰਦਾ ਨਾ ਕੋਈ ਤੀਸਰਾ ਹੁੰਦਾ, ਦੋਮ ਦੂਸਰਾ ਸੇਮ ਤੀਸਰਾ, ਉੱਥੇ ਕੋਈ ਦੂਜਾ ਤੀਜਾ ਨਹੀਂ ਹੁੰਦਾ, ਏਕ ਸੋ ਆਹੀ ਸਿਰਫ ਇੱਕੋ ਇੱਕ ਮਨ ਦੇ ਵਿੱਚ, ਇੱਕੋ ਇੱਕ ਦੇ ਨਾਲ ਆਨੰਦ, ਇੱਕੋ ਇੱਕ ਦੇ ਨਾਲ ਲੈ ਲੈ। ਆਬਾਦਾਨ ਸਦਾ ਮਸਹੂਰ, ਆਬਾਦਾਨ ਆਬਾਦੀ ਦਾ ਸ਼ਹਿਰ, ਜਿਸ ਸ਼ਹਿਰ ਦੇ ਵਿੱਚ ਬੜੀ ਸੰਘਣੀ ਬਸਵਾਂ, ਕਿਹਦੀ ਗੁਣਾਂ ਦੀ, ਗੁਣੇ ਗੁਣ ਭਰਪੂਰ, ਗੁਣਾ ਕਰਕੇ ਹੀ ਉਹ ਸ਼ਹਿਰ ਉਹ ਦੇਸ਼ ਮਸ਼ਹੂਰ ਹੈ। ਊਹਾਂ ਗਨੀ ਵਸ ਹੈ ਮਾਮੂਰ, ਉੱਥੇ ਵੱਡੇ ਵੱਡੇ ਧਨਾੜ ਜਿਹੜੇ ਗਿਣਤੀ ਦੇ ਹੁੰਦੇ ਆ, ਉੱਚੇ ਹੁੰਦੇ ਆ, ਉਹ ਵਸਦੇ ਆ। ਕਿਹੜੇ ਧਨਾੜ? ਜਿਨ੍ਹਾਂ ਨੇ ਹਰੀ ਜਸ ਨਾਮ ਦਾ ਤੋਸਾ ਜਮ੍ਹਾਂ ਕੀਤਾ ਹੋਵੇ, ਤਿਉ ਤਿਉ ਸੈਲ ਕਰਹਿ ਜਿਉ ਭਾਵੈ, ਮਹਿਰਮ ਮਹਿਰ ਨਾ ਕੋ ਅਟਕਾਵੈ। ਜਿਵੇਂ ਕੋਈ ਸੈਰ ਕਰਦਾ ਤੁਰਦਾ ਫਿਰਦਾ, ਤਿਉ ਤਿਉ ਸੈਲ ਕਰਹਿ ਜਿਉ ਭਾਵੈ, ਜਿਵੇਂ ਪਰਮੇਸ਼ਰ ਨੂੰ ਚੰਗਾ ਲੱਗਦਾ ਉਹ ਉੱਥੇ ਫਿਰ ਟਹਿਲਦੇ ਆ ਉਸ ਮੁਲਕ ਦੇ ਅੰਦਰ। ਮਰਹਮ ਮਹਿਲ ਨਾ ਕੋ ਅਟਕਾਵੈ, ਮਹਰਮ ਜਾਣਕਾਰ ਉੱਥੋਂ ਦਾ, ਉਸ ਮਹਿਲ ਦਾ ਜਾਣਕਾਰ, ਸਮਝ ਕੇ ਇਸਨੂੰ ਕੋਈ ਵੀ ਅਟਕਾਉਂਦਾ ਨਹੀਂ, ਬਾਹਰ ਨਹੀਂ ਕਢਾਉਂਦਾ, ਭਾਵ ਪਰਮੇਸ਼ਰ ਦੇ ਮਿਲਾਪ ਤੋਂ ਦੂਰੀ ਨਹੀਂ ਕੋਈ ਵੀ ਕਰਾ ਸਕਦਾ। ਇਸ ਵਾਸਤੇ ਕਹਿ ਰਵਿਦਾਸ ਖਲਾਸ ਚ ਮਾਰਾ, ਜੋ ਹਮ ਸਹਿਰੀ ਸੋ ਮੀਤ ਹਮਾਰਾ। ਜਿਹੜਾ ਉਸ ਵਤਨ ਦਾ, ਉਸ ਦੇਸ਼ ਦਾ, ਉਸ ਸ਼ਹਿਰ ਦਾ ਵਾਸੀ ਆ, ਤਾਂ ਰਵਿਦਾਸ ਜੀ ਮਹਾਰਾਜ ਕਹਿੰਦੇ ਭਾਈ ਉਹ ਸਾਡਾ ਮਿੱਤਰ ਆ, ਕਿਉਂਕਿ ਇੱਕੋ ਹੀ ਸ਼ਹਿਰ ਦੇ ਰਹਿਣ ਵਾਲੇ ਆ। ਤਾਂ ਤੇ ਇਹ ਉਪਦੇਸ਼ ਭਗਤਾਂ ਨੇ ਆਪਣੀ ਬਾਣੀ ਦੇ ਵਿੱਚ ਕੀਤਾ, ਜਿਹਨੂੰ ਕਮਾਉਣ ਦੇ ਨਾਲ ਇਸ ਮਨੁੱਖ ਤਨ ਦਾ ਲਾਹਾ ਲਿਆ ਜਾ ਸਕਦਾ। ਇਹ ਲਾਹਾ ਲੈਣ ਵਾਸਤੇ ਆਪਾਂ ਸਤਿਗੁਰੂ ਮਹਾਰਾਜ ਦੀ ਰਹਿਮ ਦੇ ਪਾਤਰ ਬਣਦੇ ਹਾਂ। ਮਹੀਨੇ ਦੇ ਆਖਰੀ ਐਤਵਾਰ ਇੱਥੇ ਗੁਰੂ ਮਹਾਰਾਜ ਦੇ ਸ਼ਰਨ ਵਿੱਚ ਬੈਠ ਕੇ, ਮਹਾਂਪੁਰਖਾਂ ਦਾ ਤਪ ਸਥਾਨ ਹੈ ਜਿੱਥੇ ਜਰਾ ਜਰਾ ਬੰਦਗੀ ਦੇ ਨਾਲ ਭਰਿਆ ਹੋਇਆ, ਰਾੜਾ ਸਾਹਿਬ ਵਾਲੇ ਮਹਾਂਪੁਰਖ ਅਕਸਰ ਹੀ ਬਚਨ ਕਰਿਆ ਕਰਦੇ ਕਿ ਜੀ ਇੱਥੇ ਜਗ੍ਹਾ ਤੇ ਕੋਈ ਤਪਦਿਕ ਦਾ, ਟੀਬੀ ਦਾ ਮਰੀਜ਼ ਬਹਿ ਜੇ, ਉੱਥੇ 6 ਮਹੀਨੇ ਤੱਕ ਉਸਦੇ, ਉਹਦੇ ਜਾਣ ਤੋਂ ਬਾਅਦ ਵੀ 6 ਮਹੀਨੇ ਤੱਕ ਕਿਰਮਾ ਦਾ ਅਸਰ ਰਹਿੰਦਾ। ਇਸੇ ਤਰ੍ਹਾਂ ਮਹਾਰਾਜ ਜੀ ਬਚਨ ਕਰਦੇ ਕਹਿੰਦੇ ਜਿੱਥੇ ਬੰਦਗੀ ਵਾਲਾ ਬੈਠ ਕੇ ਬੰਦਗੀ ਕਰੇ, ਪਹੁੰਚੀ ਹੋਈ ਰੂਹ ਉੱਥੇ 100 ਸਾਲ ਤੱਕ ਉਸਦਾ ਅਸਰ ਰਹਿੰਦਾ। ਇਹ ਗੱਲਾਂ ਆਪਾਂ ਪ੍ਰੈਕਟੀਕਲ ਸਾਰੇ ਦੇਖ ਰਹੇ ਹਾਂ। 1927 ਚ ਸੰਤ ਜੀ ਮਹਾਰਾਜ ਜੀ ਨੇ ਆਪਣਾ ਪੰਜ ਭੂਤਕ ਇਹ ਦੇਹ ਰੂਪੀ ਚੋਲਾ ਅਲੋਪ ਕੀਤਾ ਸੀ। ਕਿਤਨੇ ਸਾਲ ਹੋ ਗਏ, ਫਿਰ ਵੀ ਜਿਹੜਾ ਇੱਥੇ ਦਾ ਆਨੰਦ ਹੈ ਬਗੀਚੀ ਦਾ, ਜਿਹੜਾ ਇੱਥੇ ਬੈਠ ਕੇ ਅਭਿਆਸ ਕਰਦਾ ਉਸਨੂੰ ਪ੍ਰਾਪਤ ਹੁੰਦਾ। ਸੋ ਆਓ ਇਸੇ ਵਾਸਤੇ ਆਪਾਂ ਮਹਾਰਾਜ ਦੀ ਚਰਨ ਛਾਨ ਤਿਆਰ ਕਰਦੇ ਹਾਂ, ਇਸ ਦਾ ਲਾਭ ਲੈਣਾ ਭਾਈ। ਜਿਤਨਾ ਵੀ ਸਮਾਂ ਕਿਸੇ ਕੋਲ ਹੋਵੇ, 5-10 ਮਿੰਟ ਕੋਈ ਸ਼ੁਰੂ ਕਰ ਲਵੇ, ਜ਼ਿਆਦਾ ਸਮਾਂ ਨਾ ਸਹੀ, ਹੌਲੀ 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 ਮਨ ਬਣ ਜਾਵੇ, ਕਿਸੇ ਨੂੰ ਕਹਿਣ ਕਹਾਉਣ ਦੀ ਜ਼ਰੂਰਤ ਨਹੀਂ, ਫਿਰ ਆਪੇ ਮਨੁੱਖ ਭਗਤੀ ਦੇ ਰਸਤੇ ਤੇ ਚੱਲ ਪੈਂਦਾ।
ਸਾਰੀਆਂ ਹੀ ਸੰਗਤਾਂ ਦਾ ਧੰਨਵਾਦ। ਹੁਣ ਸਾਰੇ ਆਨੰਦ ਸਾਹਿਬ ਦੇ ਪਾਠ ਵਿੱਚ ਬੋਲੋ, ਫਿਰ ਗੁਰੂ ਸਤੋਤਰ, ਅਰਦਾਸ ਬੇਨਤੀ, ਹੁਕਮਨਾਮਾ, ਫਿਰ ਸਤਿਗੁਰੂ ਮਹਾਰਾਜ ਦੇ ਭੰਡਾਰੇ ਛੱਕ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਫਿਰ ਘਰਾਂ ਨੂੰ ਚਾਲੇ ਪਾਉਣ ਦੀ ਕਿਰਪਾਲਤਾ ਕਰਨੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਇ, ਸਤਿਗੁਰੂ ਮੈਂ ਪਾਇਆ। ਸਤਿ ਸ੍ਰੀ ਅਕਾਲ।